ਇਹਦੇ ਬੂਥ ਤੇ ਪਹੁੰਚਣ ਲੱਗਣੀ ਆ, ਤੁਸੀਂ ਰਸਤੇ ਚ ਮੈਨੂੰ ਘੇਰ ਕੇ ਮੇਰੇ ਭਰਾ ਖੜੇ ਹੋ ਗਏ ਨੇ। ਸੋ ਮੈਂ ਇਹੋ ਹੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਡੇਰਾ ਬਾਬਾ ਨਾਨਕ, ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ, ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ, ਕਾਂਗਰਸ ਪਾਰਟੀ ਦੇ ਨਾਲ ਖੜੀ ਹੈ। ਔਰ ਇਹਦਾ ਜਵਾਬ ਦਾ ਜੋ ਇਹਦਾ ਜੋ ਜਵਾਬ ਹੈ, ਉਹਨਾਂ ਨੇ ਜਿਹੜੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਾ ਫਿਰ ਦੇਣਾ ਜੀ। ਕਿੰਨਾ ਟਫ ਹੈ ਜੀ ਇਸ ਵਾਰ ਤੁਸੀਂ ਦੇਖ ਰਹੇ ਹੋ, ਕਿਉਂਕਿ ਜਿਮਨੀ ਚੋਣਾਂ ਨੇ ਸਰਕਾਰ ਦਾ ਪ੍ਰਭਾਵ ਹੁੰਦਾ? ਨਹੀਂ, ਮੈਂ ਤਾਂ ਬੜੀ ਈਜ਼ੀ ਨਜ਼ਰ ਆ ਰਹੀ ਹਾਂ ਜੀ। ਪਹਿਲੀ ਇਲੈਕਸ਼ਨ ਹੈ ਜੋ ਇਸ ਵਾਰ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ, ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ, ਸਾਡੇ ਝੋਨੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ, ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਮੁੱਕਰੇ ਨੇ, ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਸ ਹੱਦ ਤੱਕ ਪਹੁੰਚਾਉਣਗੀਆਂ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ। ਡੇਰਾ ਪਠਾਣਾ 'ਚ ਜੋ ਹੋਇਆ ਸਵੇਰੇ ਉਹਦੇ ਕੀ ਹੋਊਗਾ? ਰੰਧਾਵਾ ਸਾਹਿਬ ਗਏ ਹੋਏ ਨੇ ਜੀ, ਉੱਧਰ ਉਹਨਾਂ ਮਸਲਾ ਹੱਲ ਕਰਨਗੇ, ਖਾਲੀ ਮੁੜਨ ਵਾਲੇ ਨਹੀਂ ਹੈਗੇ ਜੀ। ਨਹੀਂ ਦੇਖੋ ਜੀ, ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਾਂ DC ਦਫ਼ਤਰ ਦੇ ਵਿੱਚ ਜੋ ਹੋਇਆ, ਉਹ ਕੁਛ ਲੋਕ ਇਹੋ ਜਿਹੇ ਹੋਣਗੇ ਸ਼ਰਾਰਤੀ ਅਨਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਜੀ, ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸਟ, ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰੰਧਾਵਾ ਸਾਹਿਬ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ। ਸਮਝੋ ਕਿ ਮਾਹੌਲ ਠੀਕ ਚੱਲ ਰਿਹਾ, ਸਰਕਾਰ ਦਾਅਵੇ ਕਰ ਰਹੀ ਹੈ ਕਿ ਮਾਹੌਲ ਠੀਕ ਹੈ? ਨਹੀਂ, ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨ ਸੈਲਾਬ ਉਭੜ ਕੇ ਆਉਣਾ ਹੀ ਨਹੀਂ ਸੀ, ਉਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ, ਸਾਡਾ ਸਾਥ ਨਹੀਂ ਸੀ ਦੇਣਾ ਲੋਕਾਂ ਨੇ। ਹਾਂਜੀ, ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ, ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈਗੀ। ਬਾਕੀ ਠੀਕ ਹੈ, ਇੱਕਾ ਦੁੱਕਾ ਜਗ੍ਹਾ 'ਤੇ ਜਾ ਕੇ ਪਰਿਵਾਰ ਕੋਸ਼ਿਸ਼ ਇਹੋ ਜਿਹੀ ਕਰਦੇ ਧਮਕੀਆਂ ਦੇਣ ਦੀ, ਪਰ ਜੇ ਜਦੋਂ ਆਪਾਂ ਇੱਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਹੀ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਹੀ ਖਤਮ ਹੋ ਜਾਂਦਾ ਹੈ। ਬੈਕ ਐਂਡ ਤੇ ਇਲੈਕਸ਼ਨ ਹਮੇਸ਼ਾ ਲੋਕ ਕੀ ਫਰੰਟ ਐਂਡ ਤੇ ਇੱਕ ਲੇਡੀ ਕੈਂਡੀਡੇਟ ਬਰਾਬਰ ਕਰਦਾ ਤੇ ਹੁਣੇ ਕਰਕੇ ਆਏ ਆ। ਨਹੀਂ, ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ, ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਹੈ ਜਾਂ ਆਪਾਂ ਇੱਕ ਸ਼ਿਕਾਰੀ ਲੈ ਲਈਏ, ਜਦ ਪਿੱਛੇ ਬੈਠ ਕੇ ਉਹ ਮੁਕਾਬਲਾ ਦੇਖ ਰਿਹਾ ਹੁੰਦਾ ਤਾਂ ਉੱਥੋਂ ਪੋਜ਼ਿਟਿਵ ਨੈਗੇਟਿਵ ਵੀ ਕੱਢ ਲੈਂਦਾ ਜੀ। ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ 'ਤੇ, ਮੇਰਾ ਆਪਣਾ ਸੁਭਾਅ ਵੀ ਹੈ ਕਿ ਮੈਂ ਆਪਣੀਆਂ, ਮੇਰੀ ਵਾਹਵਾਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ, ਜਿਹੜਾ ਮੇਰੀ ਕਮੀ ਦੱਸੇ ਤਾਂ ਮੈਂ ਉਸ ਇਨਸਾਨ 'ਤੇ ਜ਼ਿਆਦਾ ਖੁਸ਼ ਰਹਿੰਦੀ ਹਾਂ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀਦਾ। ਨਹੀਂ, ਸਾਈਡ ਬਾਈ ਸਾਈਡ ਹੁਣ ਵੀ ਸਾਰਾ ਕੁਛ ਹੀ ਸੰਭਾਲਦਾ ਜੀ, ਘਰ ਵੀ ਦੇਖਣਾ, ਮੇਰੀਆਂ ਬੇਟੀਆਂ ਮੈਰਿਡ ਨੇ, ਬੇਟਾ ਮੇਰਾ ਜਵਾਨ ਹੈ ਜੀ, ਉਹ ਵੀ ਮੇਰਾ ਸਾਥ ਦੇ ਰਿਹਾ, ਅਤੇ ਰੰਧਾਵਾ ਸਾਹਿਬ ਦੇ ਬਾਹਵਾਂ ਬਣ ਕੇ ਅਸੀਂ ਖੜ੍ਹੇ ਹੋਏ ਹਾਂ ਜੀ। ਅਸੀਂ ਕੋਈ ਅਲੱਗ ਤੋਂ ਇੱਕ ਪੋਲੀਟੀਕਲ ਉਹ ਖੜ੍ਹਾ ਨਹੀਂ ਕਰ ਰਹੇ ਹੈਗੇ ਸਿਸਟਮ, ਅਤੇ ਰੰਧਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਹਾਂ ਜੀ। ਉਹਨਾਂ ਨੂੰ ਇਲੈਕਸ਼ਨ, ਕਿਉਂਕਿ ਅਕਸਰ ਜਿਮਨੀ ਚੋਣ ਪਹਿਲੀ ਵਾਰ ਲੜ ਰਹੇ ਜੀ, ਉਹਦੇ ਕੀ ਕਹੋਗੇ? ਨਹੀਂ, ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ। ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ? ਬਿਲਕੁਲ ਠੀਕ ਹੈ ਜੀ, ਥੈਂਕ ਯੂ। ਵੋਟਰਸ ਨੂੰ ਇਹੋ ਹੀ ਅਪੀਲ ਹੈ ਜੀ, ਤਕੜੇ ਹੋ ਕੇ ਇਲੈਕਸ਼ਨ ਲੜਨ, ਵੋਟਾਂ ਪਾਉਣ। ਰੰਧਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ, ਅਸੀਂ 4-5 ਟੀਮਾਂ ਬਣਾਈਆਂ ਹੋਈਆਂ ਨੇ, ਅਸੀਂ ਖੁਦ ਵੀ, ਮੈਂ ਲੇਡੀਜ਼ ਦੇ ਨਾਲ 2-3 ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀ ਹਾਂ ਜੀ, ਔਰ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਹੈ, ਸੋ ਅਸੀਂ ਵੀ ਆਦਮੀਆਂ ਨਾਲੋਂ ਘੱਟ ਨਹੀਂ ਹੈਗੀਆਂ ਜੀ, ਅਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਏਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ। ਅੱਜ ਤਾਂ ਜਿੰਨੀਆਂ ਵੋਟਾਂ ਪਾਈਆਂ ਰੰਧਾਵਾ ਸਾਹਿਬ ਨੂੰ ਪਾਈਆਂ, ਅਤੇ ਅੱਜ ਪਹਿਲੀ ਵਾਰੀ ਮੰਮਾ ਨੂੰ ਵੋਟ ਪਾਉਣ ਜਾਵਾਂਗੇ, ਕਿਉਂਕਿ ਘਰ 'ਚ ਸਭ ਤੋਂ ਵੱਧ ਮਿਹਨਤ ਵੀ ਉਹਨਾਂ ਦੀ ਪਹਿਲਾਂ ਹੁੰਦੀ ਰਹੀ ਹੈ, ਅਤੇ ਅੱਜ ਵੋਟ ਵੀ ਉਹਨਾਂ ਦੇ ਕੋਲ ਜਿਹੜੀ ਜਾਊਗੀ ਉਹਨਾਂ ਦੇ ਵਾਸਤੇ, ਅੱਜ ਪਹਿਲੀ ਸਭ ਤੋਂ ਵੱਧ ਖੁਸ਼ੀ ਇਹੋ ਹੀ ਹੈ ਕਿ ਅੱਜ ਮੰਮਾ ਨੂੰ ਵੋਟ ਪੈਣੀ। ਹਾਂ ਜੀ ਬਿਲਕੁਲ ਜੀ, ਪਹਿਲਾਂ ਗੁਰੂ ਘਰ ਆਈਦਾ, ਅਤੇ ਸਾਡੇ ਬਾਬਾ ਸਾਹਿਬ ਸਿੰਘ ਰੰਧਾਵਾ ਜੀ ਸ਼ਹੀਦ, ਉਹਨਾਂ ਦੇ ਗੁਰਦੁਆਰਾ, ਉਹਨਾਂ ਦਾ ਸਥਾਨ ਹੈ, ਨਾਲ ਸਾਡੇ ਬਜ਼ੁਰਗਾਂ ਦੀ ਸਮਾਧ, ਨਾਲ ਸ਼ਹੀਦ ਭਾਈ ਲਕਸ਼ਮਣ ਸਿੰਘ ਉਹਨਾਂ ਦੇ ਸਥਾਨ 'ਤੇ ਮੱਥਾ ਟੇਕੀਦਾ। ਇਹ ਸਾਰਿਆਂ ਦਾ ਆਸ਼ੀਰਵਾਦ ਲੈ ਕੇ ਘਰੋਂ ਨਿਕਲੀਦਾ ਹੁੰਦਾ, ਫਿਰ ਵੋਟ ਪਾਉਣ ਜਾਈਦਾ,
ਫਿਰ ਹੀ ਵਧੀਆ ਦਿਨ ਇਹ ਉੱਭਰ ਕੇ ਆਉਂਦਾ। ਸ਼ੁਰੂਆਤ ਤੁਹਾਡੇ ਵੱਲੋਂ ਵਧੀਆ ਕੀਤੀ ਗਈ, ਇਹਨਾਂ ਦਾ ਮਸਤਕ ਹੋ ਕੇ ਵੋਟ ਪਾਉਣ ਜਾ ਰਹੇ ਹੋ, ਲੇਕਿਨ ਡੇਰਾ ਪਠਾਣਾ ਦੇ ਵਿੱਚ ਵੀ ਕਿਤੇ ਪਤਾ ਲੱਗਾ ਝਗੜਾ ਹੋ ਗਿਆ? ਬਿਲਕੁਲ ਜੀ, ਉੱਥੇ ਉਹਨਾਂ ਨੇ ਗੱਡੀ ਲਾਈ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇੱਥੇ ਜਿਹੜਾ ਕਾਂਗਰਸ ਨੂੰ ਵੋਟ ਪਾਉਣ ਆ ਰਿਹਾ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਤਾਂ ਪੁਲਿਸ ਦੇ ਸਾਹਮਣੇ ਹੁੰਦੀ ਹੈ, ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਹੁੰਦੀ, ਪਰ ਆਪਣੇ ਵੱਲੋਂ ਅਣਗਹਿਲੀ ਵਰਤਣਾ ਚਾਹੁੰਦੇ ਹੁੰਦੇ ਕਿ ਕਿਸੇ ਨੂੰ ਪਤਾ ਨਾ ਲੱਗੇ ਅਤੇ ਚੁੱਪ ਚੁੱਪੀ ਤੇ ਰਹਿ ਲਈ। ਹੁਣ ਰੰਧਾਵਾ ਸਾਹਿਬ ਉੱਥੋਂ ਹੀ ਆ ਰਹੇ ਨੇ, ਤਾਂ ਹੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਵੇਟ ਵੀ ਕਰਨੀ ਪਈ, ਉੱਧਰ ਗਏ ਸੀਗੇ ਅਤੇ ਇਹ ਇੰਨਾ ਕੁ ਤਾਂ ਇਹਨਾਂ ਨੇ ਕਰੀ ਜਾਣਾ ਹੁੰਦਾ। ਪਿਛਲੇ ਦਿਨਾਂ 'ਚ ਵੀ ਬੜਾ ਕੀਤਾ, ਅੱਗੇ ਵੀ, ਬਸ ਅੱਜ ਦਾ ਦਿਨ ਅਖੀਰਲਾ ਰਹਿ ਗਿਆ। ਲੋਕਾਂ ਨੂੰ ਮੈਂ ਉਹੀ ਅਪੀਲ ਕਰੂੰਗਾ ਕਿ ਅੱਜ ਦਾ ਦਿਨ ਇਹਨਾਂ ਦੀ ਬਦਮਾਸ਼ੀ ਹੈ ਜਿਹੜੀ, ਕੋਈ 1-2% ਇਹਨਾਂ ਦੀ ਚੱਲ ਜਾਣੀ, ਉਹ ਤੋਂ ਬਾਅਦ ਕੋਈ ਟਾਈਮ ਨਹੀਂ ਗਿਆ।